ਟੱਬਿਆਂ ਦੇ ਪੁੱਤ ਸਿੱਧੂ ਮੂਸੇਵਾਲੇ ਦੇ ਫੈਨਸ ਵਾਸਤੇ ਵੱਡੀ ਖੁਸ਼ਖਬਰੀ। ਸਿੱਧੂ ਮੂਸੇਵਾਲੇ ਦਾ ਇੱਕ ਨਵਾਂ ਗੀਤ 10 ਅਪ੍ਰੈਲ 2024 ਨੂੰ ਰਿਲੀਜ਼ ਹੋਣ ਜਾ ਰਿਹਾ। ਇਸ ਗੀਤ ਨੂੰ ਪੇਸ਼ ਕਰਨ ਵਾਸਤੇ ਜਿਹੜਾ ਸਨੀ ਮਾਲਤਨ ਦੇ ਨਾਲ ਜਿਹੜਾ ਗੀਤ ਆ ਰਿਹਾ ਹੈ, ਜਿਸ ਦੇ ਵਿੱਚ ਕਿ ਇੱਕ ਇੰਸਟਾਗ੍ਰਾਮ 'ਤੇ ਸਨੀ ਮਾਲਤਨ ਦੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਈ ਸੀ ਜਿਹਦੇ ਵਿੱਚ ਉਸਨੇ ਦੱਸਿਆ ਸੀ ਕਿ ਇੱਕ ਗੀਤ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਉਸਦਾ ਜਲਦ ਹੀ ਰਿਲੀਜ਼ ਹੋਵੇਗਾ। ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਫੈਨਸ ਵਾਸਤੇ ਉਸਨੇ ਇਹ ਵੀ ਲਿਖਿਆ ਸੀ ਕਿ ਜੇ ਇਸ ਪੋਸਟ ਦੇ ਨੀਚੇ 1 ਲੱਖ ਕਮੈਂਟ ਆ ਜਾਂਦੇ ਨੇ ਤਾਂ ਜਲਦ ਹੀ ਨਵਾਂ ਪੋਸਟਰ ਜਿਹੜਾ ਇਸ ਗੀਤ ਦਾ ਰਿਲੀਜ਼ ਕੀਤਾ ਜਾਵੇਗਾ। ਅਤੇ ਸਿੱਧੂ ਦੇ ਫੈਨਸ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ, ਬੇਹੱਦ ਪਿਆਰ ਕਰਨ ਵਾਲੇ ਫੈਨਸ ਨੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਝੜੀ ਲਗਾ ਦਿੱਤੀ ਅਤੇ ਸਿੱਧੂ ਦੇ ਪੇਜ ਦੇ ਉੱਤੇ ਇੱਕ ਪੋਸਟਰ ਰਿਲੀਜ਼ ਕੀਤਾ ਗਿਆ। ਗੀਤ ਦਾ ਨਾਮ ਹੈ 410, ਜੋ ਕਿ ਦੱਸਿਆ ਜਾ ਰਿਹਾ ਕਿ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਅਤੇ ਜਿਹੜੇ ਫੈਨਸ ਨੇ ਇੱਕ ਇੱਕ ਗੀਤ ਨੂੰ ਇੰਨਾ ਕੁ ਪਿਆਰ ਦੇ ਚੁੱਕੇ ਨੇ ਅਤੇ ਆਉਣ ਵਾਲੇ ਗੀਤਾਂ ਦਾ ਵੀ ਉਹਨਾਂ ਦੇ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ। ਸਿੱਧੂ ਮੂਸੇਵਾਲੇ ਦਾ ਗੀਤ ਸਨੀ ਮਾਲਟਨ ਦੇ ਨਾਲ ਆ ਰਿਹਾ ਹੈ ਅਤੇ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਫੈਨਸ, ਜਿਨ੍ਹਾਂ ਨੇ ਕਿ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਪਿਆਰ ਵੀ ਦਿਖਾਇਆ, ਤੁਹਾਡੇ ਨਾਲ ਪੋਸਟਰ ਜਿਹੜਾ ਉਹ ਵੀ ਸਾਂਝਾ ਕਰਦੇ ਹਾਂ। ਇੱਥੇ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਸਿੱਧੂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਨੇ ਉਹ ਮੁੜ ਵਾਪਸ ਆਈਆਂ ਸੀ। ਸਿੱਧੂ ਦੇ ਮਾਤਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸਦਾ ਨਾਮ ਸ਼ੁਭਦੀਪ ਸਿੰਘ ਹੀ ਰੱਖਿਆ ਗਿਆ। ਅਤੇ ਇੱਕ ਹੋਰ ਖੁਸ਼ਖਬਰੀ ਫੈਨਸ ਵਾਸਤੇ ਇਹ ਹੋਈ ਕਿ ਉਸਦਾ ਗੀਤ ਹੀ 10 ਅਪ੍ਰੈਲ ਨੂੰ ਜਿਹੜਾ ਰਿਲੀਜ਼ ਹੋਣ ਜਾ ਰਿਹਾ, ਜਿਸਦਾ ਨਾਮ ਹੈ 410।